ਤੁਸੀਂ ਟੂਰਿਸਟ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਆਏ ਸੀ, ਤੁਹਾਨੂੰ ਵੀ ਪਤਾ ਕਿ 30 ਜੂਨ 2024 ਤੋਂ ਬਾਅਦ ਡਿਪਾਰਟਮੈਂਟ ਆਫ ਹੋਮ ਅਫੇਅਰਸ ਜਾਂ ਆਪਾਂ ਕਹਿ ਸਕਦੇ ਹਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਟੂਰਿਸਟ ਸਟੂਡੈਂਟ ਅਤੇ 485 ਤੋਂ ਬਾਅਦ ਸਟੂਡੈਂਟ ਵੀਜ਼ਾ ਪਾਉਣ ਦੀ ਪ੍ਰੋਵੀਜ਼ਨ ਬਿਲਕੁਲ ਹੀ ਬੰਦ ਕਰ ਦਿੱਤੀ ਸੀ। ਜਿਹੜੇ ਵੀ ਬੱਚਿਆਂ ਨੇ 30 ਜੂਨ 2024 ਤੋਂ ਪਹਿਲਾਂ ਟੂਰਿਸਟ ਸਟੂਡੈਂਟ ਵੀਜ਼ਾ ਪਾਏ ਸੀਗੇ ਜਾਂ TR ਤੋਂ ਸਟੂਡੈਂਟ ਵੀਜ਼ਾ ਪਾਏ ਸੀਗੇ ਅਤੇ ਲੈਵਲ 1 ਦੇ ਵਿੱਚ ਪਾ ਕੇ ਵਿਦਾਊਟ ਐਨੀ ਇੰਗਲਿਸ਼ ਜਾਂ ਵਿਦਾਊਟ ਐਨੀ ਫੰਡਸ ਵੇਟ ਕਰ ਰਹੇ ਕਿ ਸਾਡਾ ਵੀਜ਼ਾ ਗ੍ਰਾਂਟ ਹੋ ਜੂਗਾ, ਇਹ ਵੀਡੀਓ ਉਹਨਾਂ ਦੇ ਲਈ ਆ, ਧਿਆਨ ਨਾਲ ਸੁਣਿਓ। ਸਾਡੀਆਂ ਕੱਲ੍ਹ ਜੀ 3 ਐਪਲੀਕੇਸ਼ਨਸ ਖੁੱਲੀਆਂ, 3 ਟੂਰਿਸਟ ਸਟੂਡੈਂਟ ਸੀਗੀਆਂ ਅਤੇ ਉਹਦੇ ਵਿੱਚ ਡਿਪਾਰਟਮੈਂਟ ਨੇ ਰਿਕੁਐਸਟ ਕੀਤੀ ਹੈ ਜੀ ਫੰਡ ਅਤੇ ਨਾਲ ਦੀ ਨਾਲ ਇੰਗਲਿਸ਼ ਟੈਸਟ ਦੀ, ਆਈਦਰ ਆਇਲਸ ਔਰ PTE। ਅਤੇ ਇਹ 3 ਦੇ 3 ਐਪਲੀਕੇਸ਼ਨ ਲੈਵਲ 1 ਦੇ ਕਾਲਜ ਵਿੱਚ ਪਈਆਂ ਸੀਗੀਆਂ। ਇਹ ਤੁਹਾਨੂੰ ਸਾਰਿਆਂ ਨੂੰ ਵਾਰਨਿੰਗ ਆ ਕਿ ਵੇਟ ਨਾ ਕਰਿਓ ਕਿ ਡਿਪਾਰਟਮੈਂਟ ਜਦੋਂ ਮੰਗੂਗਾ ਉਦੋਂ ਦੇ ਦਿਆਂਗੇ। ਆਪਣੇ ਫੰਡਸ ਅਤੇ ਆਪਣਾ ਇੰਗਲਿਸ਼ ਦਾ ਟੈਸਟ ਰੈਡੀ ਰੱਖੋ, ਡਿਪਾਰਟਮੈਂਟ ਸਾਰਿਆਂ ਕੋਲੋਂ ਹੀ ਮੰਗ ਰਿਹਾ, ਭਾਵੇਂ ਤੁਸੀਂ ਲੈਵਲ 1 ਦੇ ਵਿੱਚ ਵੀਜ਼ਾ ਪਾਇਆ ਆ। ਚਲੋ ਜੇ ਲੈਵਲ 2 ਜਾਂ 3 ਦੇ ਕਾਲਜ ਵਿੱਚ ਪਾਇਆ ਫਿਰ ਤਾਂ ਓਬਵੀਅਸ ਤੁਸੀਂ ਪਹਿਲਾਂ ਫੰਡ ਦਿੱਤੇ ਹੀ ਹੋਣਗੇ, ਬਟ ਜੇ ਲੈਵਲ 1 ਦੇ ਵਿੱਚ ਪਾਇਆ ਤੁਹਾਡੇ ਲਈ ਇਹ ਬਹੁਤ ਹੀ ਇੰਪੋਰਟੈਂਟ ਨਿਊਜ਼ ਆ। ਡਿਪਾਰਟਮੈਂਟ ਐਪਲੀਕੇਸ਼ਨਸ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ, ਆਪਣੇ ਫੰਡਸ ਅਤੇ ਇੰਗਲਿਸ਼ ਦੇ ਟੈਸਟ ਜਿਹੜੇ ਆ ਉਹ ਰੈਡੀ ਰੱਖੋ, ਕਿਉਂਕਿ ਫਿਰ ਜਦੋਂ ਡਿਪਾਰਟਮੈਂਟ ਨੇ ਤੁਹਾਨੂੰ ਰਿਕੁਐਸਟ ਕੀਤੀ ਤੁਹਾਡੇ ਕੋਲ ਸਿਰਫ ਤੋਂ ਸਿਰਫ 28 ਡੇਜ਼ ਹੀ ਹੋਣਗੇ। ਬਾਕੀ ਇਹਦੇ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਬਾਜਵਾ ਇਮੀਗ੍ਰੇਸ਼ਨ ਦੇ ਕਿਸੇ ਵੀ ਆਫਿਸ ਵਿੱਚ ਜਾ ਸਕਦੇ ਹੋ, ਮੈਨੂੰ ਮਿਲਣ ਦੇ ਲਈ ਬਾਜਵਾ ਇਮੀਗ੍ਰੇਸ਼ਨ ਦੇ ਮੈਲਬਰਨ ਆਫਿਸ ਵਿੱਚ ਆ ਸਕਦੇ ਹੋ। ਧੰਨਵਾਦ ਜੀ।